ਲੋਕਾਂ ਦੇ ਲਈ ਲੜਿਆ, ਲੋਕਾਂ ਦੇ ਲਈ ਲੜਦੇ ਰਹਾਂਗੇ, ਹੈ ਨਾ। ਪਰ ਕੋਈ ਚੱਕਰ ਨਹੀਂ, ਜੋ ਹੋ ਰਿਹਾ ਧੱਕਾ ਹੋ ਰਿਹਾ। ਅਕਾਲ ਪੁਰਖ ਵਾਹਿਗੁਰੂ ਨੂੰ ਪਤਾ, ਗੁਰੂ ਗ੍ਰੰਥ ਸਾਹਿਬ ਨੂੰ। ਅੱਜ ਤੱਕ ਕਰੋੜਾਂ ਰੁਪਈਆ ਲੋਕਾਂ ਦਾ ਉਹ ਤੇ ਪਰਚਾ ਤਾਂ ਦੇਖੋ, ਉਹ ਵੀ ਸੀ ਗੱਲ ਹੈ, ਕਰਵਾਊਗਾ ਹੀ ਅਗਲਾ। ਜਦੋਂ ਕਿਸੇ ਤੇ 10-20 ਲੱਖ ਦੀ ਠੱਗੀ ਹੋ ਗਈ ਕਿਸੇ ਨਾਲ, ਕਿਸੇ ਦੇ ਘਰੋਂ ਰੋਟੀ ਪੱਕਣੋਂ ਹਟ ਗਈ, ਠੀਕ ਹੈ, ਬੰਦਾ ਦਿਹਾੜੀ ਤੇ ਜਾਣ ਲੱਗ ਗਿਆ, ਬਾਹਨ ਆਪਦਾ ਗਹਿਣੇ ਰੱਖਤਾ, ਉਹਦਾ ਫਿਰ ਕੁਛ ਤਾਂ ਕਰੂਗਾ ਹੀ ਵੀਰੇ। ਫਿਰ ਤਸਵੀਰਾਂ ਦੇਖ ਸਕਦੇ ਹੋ ਜੋ ਪੁਲਿਸ ਦੇ ਰੈਸਟ ਦੇ ਵਿੱਚ ਆਪਾਂ ਨਾ ਸਿੱਧੂ ਜੀ ਵੀ, ਜਿਹੜੇ ਬੰਦੇ ਤੇਰੇ ਬਾਹਰ 'ਚ ਧਰਨਾ ਲਾਈ ਬੈਠੇ ਨੇ, ਜੇ ਤੂੰ ਇਹਨਾਂ ਦਾ 2 ਲੱਖ ਰੁਪਈਆ ਦੇਣਾ, ਜਿਹੜਾ ਇਹਨਾਂ ਦਾ ਠੱਗਿਆ ਹੋਇਆ ਜਾਂ ਇਹਨਾਂ ਦਾ ਰੱਖਿਆ ਹੋਇਆ, ਵੀ ਉਹਦੇ ਵਿੱਚੋਂ ਤੂੰ ਇਹਨਾਂ ਨੂੰ 10-20 ਹਜ਼ਾਰ ਰੁਪਈਆ ਤਾਂ ਦੇ ਦੇ, ਇਹ ਤੇਲ ਮਚਾ ਕੇ ਆਏ ਨੇ, ਉਹ ਤਾਂ ਵਾਪਸ ਕਰ ਦੇ। ਗੱਲ ਨੂੰ ਇਹਨੂੰ ਪੂਰੀ ਤਰ੍ਹਾਂ ਬਰੀਕੀ ਨਾਲ ਨਹੀਂ ਦੱਸਿਆ ਗਿਆ ਵੀ ਜਿਹੜੇ ਬੰਦੇ ਬਾਹਰ 'ਚ ਧਰਨਾ ਲਾਈ ਬੈਠੇ ਨੇ, ਉਹ ਬੰਦੇ ਅੱਜ ਤੇਲ ਫੂਕ ਕੇ ਤੇਰੇ ਬਾਹਰ 'ਚ ਆਏ ਨੇ, ਘੱਟੋ ਘੱਟ ਉਹਨਾਂ ਨੂੰ 10-20 ਹਜ਼ਾਰ ਰੁਪਈਆ ਤਾਂ ਮੋੜ ਦੇ। ਬੰਦਾ ਐਡੀ ਦੂਰ ਖਰਚਾ ਕਰਕੇ ਆਇਆ, 2 ਲੱਖ 'ਚੋਂ 20 ਤਾਂ ਮੋੜ। ਦੇਖ ਸਕਦੇ ਹੋ ਅਲਟੋ, ਅਲਟੋ ਦੇ ਵਿੱਚ ਜੋ ਭਾਨਾ ਸਿੱਧੂ ਜੀ ਦੇ ਜਾ ਰਹੇ ਨੇ, ਇੱਥੇ ਲਗਭਗ 1.5 ਤੋਂ 2 ਕਰੋੜ ਰੁਪਏ ਦੇ ਕੋਲੇ ਰਕਮ ਹੈ। ਸਾਨੂੰ ਕੀ ਲੋੜ ਹੈ, ਸਾਡੇ ਲਵੇ ਜੇ ਲੋਕ ਆਉਂਦੇ ਲੱਗ ਕੇ ਮਾਵਾਂ ਰੋਂਦੀਆਂ ਨੇ ਵੀ ਸਾਡੇ ਘਰ ਉੱਜੜ ਗਏ, ਕਿਸੇ ਨੇ ਗਹਿਣੇ ਵੇਚਤੇ ਆਪਦੇ, ਕਿਸੇ ਨੇ ਜ਼ਮੀਨ ਵੇਚਤੀ, ਅੱਜ ਉਹਨਾਂ ਨਾਲ 30-30 ਲੱਖ ਰੁਪਏ ਜਾਂ 35-35 ਲੱਖ ਰੁਪਏ ਦੀਆਂ ਠੱਗੀਆਂ ਵੱਜੀਆਂ ਨੇ। ਭਾਨੇ ਸਿੱਧੂ ਵੱਲੋਂ ਕੀ ਨਜਾਇਜ਼ ਹੈ ਜਿਹੜਾ ਧੱਕਾ ਹੋ ਰਿਹਾ ਲੋਕਾਂ ਦੇ ਪੈਸੇ, ਬਈ ਕਰੋੜਾਂ ਰੁਪਏ 'ਚ ਮੁੜੇ ਨੇ, ਮੈਂ ਤੁਹਾਡੇ ਸਾਹਮਣੇ ਸਬੂਤ ਦੇਵਾਂਗੇ। ਦੇਖੋ ਜਦੋਂ ਕਿਸੇ ਸੱਚੇ ਬੰਦੇ ਨਾਲ ਧੱਕਾ ਹੋਊਗਾ, ਗੁੱਸਾ ਤਾਂ ਬੰਦੇ ਨੂੰ ਆਉਂਦਾ ਹੀ ਹੈ ਨਾ, ਹੁਣ ਕੋਈ ਗੁੱਸਾ ਆਪਦਾ ਕਿਸੇ ਤਰੀਕੇ ਨਾਲ ਤਾਂ ਬੰਦਾ ਗੁੱਸਾ ਕੱਢੂਗਾ ਹੀ ਨਾ ਬਾਹਰ। ਸਭ ਤੋਂ ਵੱਡੀ ਗੱਲ ਤਾਂ ਪੰਜਾਬ ਬਚਾਉਣ ਦੀ ਹੈ, ਪੰਜਾਬ ਦੇ ਮੁੱਦਿਆਂ ਦੀ ਹੈ। ਬਾਈ ਭਾਨਾ ਸਿੱਧੂ ਪੰਜਾਬ ਵਾਸਤੇ ਲੜ ਰਿਹਾ ਸੀ, ਆਮ ਲੋਕਾਂ ਦੀ ਲੜਾਈ ਲੜ ਰਿਹਾ ਸੀ, ਗੁੱਸਾ ਤਾਂ ਹਰੇਕ ਨੂੰ ਹੀ ਆਊਗਾ। ਕਿਸੇ ਦਾ ਨਹੀਂ ਜੀ ਕਰਦਾ ਜਦੋਂ ਉਹਨੇ 50 ਲੱਖ ਦੀ ਠੱਗੀ ਮਾਰ ਲਈ 5 ਸਾਲ ਪਹਿਲਾਂ, ਉਹ ਦੁਬਾਰੇ ਕਿਸੇ ਦੇ ਪੈਸੇ ਮੋੜੇ। ਲੇਡੀਜ਼ ਨੇ ਇੱਥੇ ਆਰੋਪ ਲਾਇਆ ਵੀ 10,000 ਰੁਪਈਆ, ਠੀਕ ਹੈ, ਵੀ ਭਾਨੇ ਨੇ ਲਿੱਤਾ ਵੀ ਏਜੰਟਾਂ ਦੇ ਪੈਸੇ ਮੜਵਾਉਣ ਵਾਸਤੇ, ਉਹਦੇ ਵਾਸਤੇ ਉਹ ਲੇਡੀਜ਼ ਨੇ ਪੈਸੇ ਦਿੱਤੇ ਨੇ ਭਾਨੇ ਸਿੱਧੂ ਨੂੰ 10,000 ਰੁਪਈਆ। 10,000 ਰੁਪਏ ਦੇ ਸਾਡੇ ਜਦੋਂ ਬੁੱਧਵਾਰ ਨੂੰ ਬਹਿੰਦੇ ਹਾਂ ਤਾਂ 10-20 ਹਜ਼ਾਰ ਰੁਪਏ ਦਾ ਚਾਹੀ ਲੱਗ ਜਾਂਦੇ ਬਾਈ, ਇੰਨਾ ਇਕੱਠ ਹੁੰਦਾ ਉੱਥੇ। ਨਹੀਂ ਨਹੀਂ, ਉਹਨੇ ਆਰੋਪ ਲਾਏ ਕਿ ਮੰਗਿਆ ਜਾਂ ਲੈ ਲਏ ਉਹਨੇ ਭਾਨੇ ਨੇ ਪੈਸੇ, ਵੀ ਭਾਨੇ ਨੂੰ ਪੈਸੇ ਦਿੱਤੇ ਨੇ ਮੈਂ। ਅੱਛਾ ਜੀ, ਕਿਸ ਤਰ੍ਹਾਂ ਦਿੱਤੇ? ਭਾਨੇ ਸਿੱਧੂ ਨੂੰ ਉਹਨੇ ਇਹ ਚੀਜ਼ ਕਹੀ ਹੈ ਵੀ ਤੇਰੇ ਬਾਰ ਦੇ ਵਿੱਚ ਜਿਹੜੇ ਬੰਦੇ ਬੈਠੇ ਨੇ ਵੀ ਤੂੰ ਇਹਨਾਂ ਨੂੰ 10,000 ਰੁਪਈਆ ਦੇ ਤੇਲ ਪਾਣੀ ਦਾ, ਇਹ ਚੀਜ਼ ਹੀ ਉਹਨਾਂ ਨੇ ਖਬਰਾਂ ਦੇ ਵਿੱਚ ਵੀ, ਤੁਸੀਂ ਵੀ ਦੇਖੇ ਨਿਊਜ਼ ਚੈਨਲਾਂ 'ਤੇ 1-2 ਦੇ ਚੱਲ ਰਹੀ ਹੈ। ਜਦਕਿ ਗੱਲ ਇਹ ਹੋਈ ਹੋਊਗੀ ਵੀ ਜਿਹੜੇ ਬੰਦੇ ਤੇਰੇ ਬਾਰ 'ਚ ਧਰਨਾ ਲਾਈ ਬੈਠੇ ਨੇ, ਜੇ ਤੂੰ ਇਹਨਾਂ ਦਾ 2 ਲੱਖ ਰੁਪਈਆ ਦੇਣਾ, ਜਿਹੜਾ ਇਹਨਾਂ ਦਾ ਠੱਗਿਆ ਹੋਇਆ ਜਾਂ ਇਹਨਾਂ ਦਾ ਰੱਖਿਆ ਹੋਇਆ, ਵੀ ਉਹਦੇ ਵਿੱਚੋਂ ਤੂੰ ਇਹਨਾਂ ਨੂੰ 10-20 ਹਜ਼ਾਰ ਰੁਪਈਆ ਤਾਂ ਦੇ ਦੇਣਾ, ਇਹ ਤੇਲ ਮਚਾ ਕੇ ਆਏ ਨੇ, ਉਹ ਤਾਂ ਵਾਪਸ ਕਰ ਦੇ। ਗੱਲ ਤਾਂ ਇਹ ਹੋਈ ਹੈ, ਗੱਲ ਇਹਨੂੰ ਪੁੱਠੀ ਕਰਕੇ ਇਸ ਤਰੀਕੇ ਨਾਲ ਚਲਾਇਆ ਗਿਆ ਵੀ ਤੂੰ ਤੇਲ ਦੇ ਪੈਸੇ ਦੇ ਦੇ ਜਿਹੜੇ ਧਰਨਾ ਲਾਈ ਬੈਠੇ ਨੇ ਤੇਰੇ ਬਾਰ 'ਚ। ਗੱਲ ਨੂੰ ਇਸ ਤਰੀਕੇ ਨਾਲ ਚਲਾਇਆ ਵੀ ਧਰਨਾਕਾਰੀਆਂ ਨੂੰ ਪੈਸੇ ਦੇ, 10,000 ਰੁਪਏ ਖਰਚਾ ਤੇਲ ਦਾ, ਉਹ ਨਹੀਂ ਉਹਨੇ ਕਿਹਾ ਹੈਗਾ ਬਾਈ ਨੇ। ਗੱਲ ਨੂੰ ਇਹਨੂੰ ਪੂਰੀ ਤਰ੍ਹਾਂ ਬਰੀਕੀ ਨਾਲ ਨਹੀਂ ਦੱਸਿਆ ਗਿਆ ਵੀ ਜਿਹੜੇ ਬੰਦੇ ਬਾਹਰ 'ਚ ਧਰਨਾ ਲਾਈ ਬੈਠੇ ਨੇ, ਉਹ ਬੰਦੇ ਅੱਜ ਤੇਲ ਫੂਕ ਕੇ ਤੇਰੇ ਬਾਹਰ 'ਚ ਆਏ ਨੇ, ਘੱਟੋ ਘੱਟ ਉਹਨਾਂ ਨੂੰ 10-20 ਹਜ਼ਾਰ ਰੁਪਈਆ ਤਾਂ ਮੋੜ ਦੇ। ਬੰਦਾ ਐਡੀ ਦੂਰ ਖਰਚਾ ਕਰਕੇ ਆਇਆ, 2 ਲੱਖ 'ਚੋਂ 20 ਤਾਂ ਮੋੜ, ਗੱਲ ਇਹ ਹੋਈ ਸੀ। ਜਿਨ੍ਹਾਂ ਦੇ ਪੈਸੇ ਮੋੜਨੇ ਸੀਗੇ ਉਹ ਤੁਹਾਡੇ ਨਾਲ ਅੱਜ ਵੀ? ਅੱਜ ਸਾਡੇ ਨਾਲ ਨਹੀਂ ਹੈਗੇ, ਪਰ ਉਹ ਸਾਡੇ ਲਿੰਕ ਅਪ 'ਚ ਨੇ, ਇਕੱਲੇ ਉਹ ਨਹੀਂ ਹੈਗੇ ਲਿੰਕ ਅਪ 'ਚ, ਉਹ ਏਜੰਟ ਦੇ 10 ਬੰਦੇ ਹੋਰ ਠੱਗੇ ਹੋਏ ਵੀ ਸਾਡੇ ਲਿੰਕ 'ਚ ਨੇ, ਉਹਨਾਂ ਨੇ ਸਾਨੂੰ ਫੋਨ ਵੀ ਕੀਤਾ, ਬਕਾਇਦਾ ਤੁਹਾਡੇ ਨਾਲ ਵੀ ਮਿਲਾਵਾਂਗੇ ਤੁਹਾਡੇ ਚੈਨਲ 'ਤੇ, ਅਸੀਂ ਵੀ ਉਹਨਾਂ ਦੀ ਪ੍ਰੋਪਰ ਵੀਡੀਓ ਬਣਵਾ ਕੇ ਪਾਵਾਂਗੇ ਜਿਨ੍ਹਾਂ ਹੋਰ ਬੰਦਿਆਂ ਨੇ ਉਹ ਏਜੰਟ ਤੋਂ ਪੈਸੇ ਲੈਣੇ ਨੇ। ਕਹਿੰਦੇ ਏਜੰਟ ਦੇ ਵੀ ਕੋਈ ਪਰਚੇ ਪੁਰਚੇ ਕੋਈ ਇਦਾਂ ਦਾ ਕੋਈ ਮਾਮਲਾ ਦਰਜ ਹੋਇਆ? ਦੇਖੋ ਉਹਦੇ ਬਾਰੇ ਸਾਨੂੰ ਪਤਾ ਨਹੀਂ, ਜੇ ਕਿਸੇ ਨੇ ਪੈਸੇ ਲੈਣੇ ਹੋਣ, ਹੋ ਸਕਦਾ ਉਹ 'ਤੇ ਪਰਚਾ ਤਾਂ ਦੇਖੋ ਉਹ ਵੀ ਸੀ ਗੱਲ ਹੈ, ਕਰਵਾਊਗਾ ਹੀ ਅਗਲਾ। ਜਦੋਂ ਕਿਸੇ 'ਤੇ 10-20 ਲੱਖ ਦੀ ਠੱਗੀ ਹੋ ਗਈ ਕਿਸੇ ਨਾਲ, ਕਿਸੇ ਦੇ ਘਰੋਂ ਰੋਟੀ ਪੱਕਣੋਂ ਹਟ ਗਈ, ਠੀਕ ਹੈ, ਬੰਦਾ ਦਿਹਾੜੀ 'ਤੇ ਜਾਣ ਲੱਗ ਗਿਆ, ਬਾਹਨ ਆਪਦਾ ਗਹਿਣੇ ਰੱਖ ਤਾ, ਉਹਦਾ ਫਿਰ ਕੁਛ ਤਾਂ ਕਰੂਗਾ ਹੀ ਵੀਰੇ। ਫਿਰ
ਠੀਕ ਹੈ, ਭਾਨਾ ਸਿੱਧੂ ਸਹਾਰਾ ਸੀ, ਠੀਕ ਹੈ, ਲੋਕਾਂ ਦਾ ਅਗਲਾ ਕਿਵੇਂ ਨਾ ਕਿਵੇਂ ਪੈਸੇ ਕਢਵਾਉਂਦਾ ਸੀ, ਚਲੋ ਉੱਥੇ ਨਹੀਂ ਅਗਲਾ ਪਰਚਾ ਦਊਗਾ ਜਾਂ ਦਿੱਤੇ ਹੋਣਗੇ। ਅਰੈਸਟ ਕਰ ਲਏ ਲੋਕ ਹਜੇ ਵੀ ਆਉਂਦੇ ਆ ਉਸ ਜਗ੍ਹਾ ਤੇ, ਬੁੱਧਵਾਰ ਹੁਣ ਕੱਲ ਬੁੱਧਵਾਰ ਆਊਗੇ, ਜਿਹੜੇ ਲੋਕਾਂ ਨੂੰ ਨਹੀਂ ਪਤਾ ਸੀ ਉਹ ਆਉਂਦੇ ਵੀ ਨੇ। ਵੈਸੇ ਸੋਸ਼ਲ ਮੀਡੀਆ ਦਾ ਜ਼ਮਾਨਾ ਅੱਜ ਕੱਲ੍ਹ, ਹਰੇਕ ਨੂੰ ਮਿੰਟ 'ਚ ਪਤਾ ਲੱਗ ਜਾਂਦਾ ਵੀ ਕੀ ਚੱਲ ਰਿਹਾ, ਹੁਣ ਸਪੋਰਟ ਕਰਨ ਵਾਲੇ ਲੋਕ ਹੀ ਆ ਰਹੇ ਨੇ ਫੋਨ ਕਰਨ ਵਾਲੇ, ਠੀਕ ਹੈ, ਜਿਹਦੇ ਪੈਸੇ ਮੁੜ ਗਏ ਉਹ ਕਹਿੰਦੇ ਅਸੀਂ ਵੀ ਆਵਾਂਗੇ, ਜਿਹਦੇ ਨਹੀਂ ਮੁੜੇ ਉਹ ਕਹਿੰਦੇ ਅਸੀਂ ਵੀ ਆਵਾਂਗੇ, ਜਿਹਦੇ ਨਾਲ ਠੱਗੀਆਂ ਵੱਜੀਆਂ ਹੋਈਆਂ ਨੇ 10-10 ਸਾਲ ਪੁਰਾਣੀਆਂ, ਉਹ ਕਹਿੰਦੇ ਅਸੀਂ ਵੀ ਉੱਥੇ ਬੈਠਾਂਗੇ ਵੀ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਸਾਡੇ ਪੈਸੇ ਮੜਵਾਵੇ, ਠੱਗਾਂ ਤੇ ਵੀ ਏਜੰਟਾਂ ਤੇ ਵੀ ਕਾਰਵਾਈ ਕਰੇ, ਭਾਨੇ ਤੇ ਤਾਂ ਕਰਤੀ, ਚਲੋ ਠੀਕ ਹੈ। ਅੱਜ ਤੱਕ ਕਿੰਨੇ ਕੁ ਪੈਸੇ ਮੜਵਾਤੇ ਲੋਕਾਂ ਨੇ? ਲਗਭਗ 1.5-2 ਕਰੋੜ ਰੁਪਏ ਦੇ ਕੋਲੇ ਰਕਮ ਹੈ ਜਿਹੜੀ ਮੁੜੀ ਹੋਈ ਹੈ, ਠੀਕ ਹੈ। ਬਾਕੀ ਸਰਪੰਚ ਮੌਜੂਦਾ ਤੁਹਾਡੇ, ਤੁਸੀਂ ਦੱਸੋ ਵੀ ਕਿਸ ਤਰ੍ਹਾਂ ਦਾ ਜਿਹੜਾ ਕੰਮ ਕਰਵਾਇਆ ਜਾਂਦਾ ਸੀ ਲੋਕਾਂ ਦੀ, ਜਿਹੜੀ ਕਹਿੰਦੇ ਇਹ ਤਾਂ ਬਈ ਫੇਕ ਗੱਲਾਂ ਕਰਕੇ ਇਹਨਾਂ ਨੇ ਬਦਨਾਮ ਕਰਨ ਨੂੰ ਭਾਨੇ ਨੂੰ ਇੱਕ ਕਰਿਆ ਵੀ ਇਹਦਾ ਜਿਹੜੀ ਕਚਹਿਰੀ ਲੱਗਦੀ ਆ ਉਹ ਲੱਗਣੋਂ ਹਟ ਜਾਵੇ। ਹਾਂ, ਅਸੀਂ ਘੱਟ ਤੋਂ ਘੱਟ 1.5 ਕਰੋੜ ਰੁਪਏ ਮੰਗੂ ਸਾਡੇ ਲਵੇ, ਜਿਹੜੇ ਉਹਨਾਂ ਦੇ ਸਬੂਤ ਪਏ ਨੇ ਜਿਹਨੂੰ ਪੈਸੇ ਦਵਾਏ ਨੇ ਅਸੀਂ, ਉਹ ਅਸੀਂ ਇੱਧਰ ਬਾਈਕ 'ਚ ਉਲਝੇ ਹੋਏ ਹਾਂ, ਜਿੱਦੇ ਅਸੀਂ ਮੜੇ ਹੋ ਜਾਣ ਕੇ ਫਸਾਇਆ ਗਿਆ। ਹਾਂਜੀ, ਸਿਆਸਤੀ ਨੇ ਕਾਰਨ, ਕਿਉਂ ਫਸਾਇਆ ਗਿਆ ਕਾਰਨ? ਸਰਕਾਰਾਂ ਕਦੋਂ ਚਾਹੁੰਦੀਆਂ ਵੀ ਕਿਤੇ ਕਚਹਿਰੀ ਲੱਗੇ? ਚਾਹੁੰਦੀਆਂ ਨੇ? ਨਹੀਂ ਚਾਹੁੰਦੀਆਂ। ਸਰਕਾਰਾਂ ਕਹਿੰਦੀਆਂ ਵੀ ਸਾਡੇ ਪੈਰਾਂ 'ਚ ਬੈਠਣਾ, ਕੇ ਸਾਨੂੰ ਕੀ ਲੋੜ ਹੈ? ਸਾਡੇ ਲਵੇ ਜਦੋਂ ਲੋਕ ਆਉਂਦੇ ਲਾ ਕੇ ਮਾਵਾਂ ਰੋਂਦੀਆਂ ਨੇ ਵੀ ਸਾਡੇ ਘਰ ਉੱਜੜ ਗਏ, ਕਿਸੇ ਨੇ ਗਹਿਣੇ ਵੇਚਤੇ ਆਪਦੇ, ਕਿਸੇ ਨੇ ਜ਼ਮੀਨ ਵੇਚਤੀ, ਅੱਜ ਉਹਨਾਂ ਨਾਲ 30-30 ਲੱਖ ਰੁਪਏ ਜਾਂ 35-35 ਲੱਖ ਰੁਪਏ ਦੀਆਂ ਠੱਗੀਆਂ ਵੱਜੀਆਂ ਨੇ, ਤਾਂ ਉਹ ਲੋਕ ਆ ਕੇ ਰੋਂਦੇ ਨੇ। ਸਾਡਾ ਫਰਜ਼ ਬਣਦਾ, ਸਾਡਾ ਫਰਜ਼ ਬਣਦਾ ਵੀ ਅਸੀਂ ਉਹਨਾਂ ਦੀ ਗੱਲਬਾਤ ਸੁਣੀ, ਜਿਹੜੇ ਕਿਸੇ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ। ਹਾਂਜੀ 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 ਸਰ, ਵੀ ਕਿਹਨੂੰ ਇਨਸਾਫ ਆ? ਲੋਕਾਂ ਨੂੰ। ਹਾਂ, ਲੋਕਾਂ ਦੇ ਪੈਸੇ ਬਈ ਕਰੋੜਾਂ ਰੁਪਇਆਂ 'ਚ ਮੁੜੇ ਨੇ, ਮੈਂ ਤੁਹਾਡੇ ਸਾਹਮਣੇ ਸਬੂਤ ਦੇਵਾਂਗੀ ਜਿਹੜਾ ਸਾਡੇ ਲਵੇ। ਹੈਂ, ਚੱਲਦਾ ਰਹੂ ਸਿਲਸਿਲਾ? ਸਿਲਸਿਲਾ ਤਾਂ ਚੱਲਦੀ ਰਹੂ ਜੀ, ਤਾਂ ਵਧੂ ਜੀ ਕੰਮ, ਹੁਣ ਘੱਟਦਾ ਨਹੀਂ ਹੈਗਾ, ਪਿੱਛੇ ਥੋੜ੍ਹਾ ਹਟਾਂਗੇ ਹੁਣ। ਜਦੋਂ ਗ੍ਰਿਫਤਾਰੀ ਹੋਈ ਭਾਨੇ 'ਤੇ ਪਰਚਾ ਦਰਜ ਹੋਇਆ ਅਤੇ ਲੱਖੇ ਸਿਧਾਣੇ ਨੇ ਵੀਡੀਓ ਪਾਈ ਭਾਨੇ ਦੇ ਪੇਜ 'ਤੇ ਵੀ ਪਈ, ਥੋੜ੍ਹੀ ਦੇਰ ਬਾਅਦ ਉਹ ਬੜਾ ਭੜਕਿਆ ਹੋਇਆ ਦਿਖਾਈ ਦੇ ਰਿਹਾ। ਕੌਣ ਬਾਈ? ਲੱਖਾ। ਦੇਖੋ, ਜਦੋਂ ਕਿਸੇ ਸੱਚੇ ਬੰਦੇ ਨਾਲ ਧੱਕਾ ਹੋਊਗਾ, ਗੁੱਸਾ ਤਾਂ ਬੰਦੇ ਨੂੰ ਆਉਂਦਾ ਹੀ ਹੈ ਨਾ, ਹੁਣ ਕੋਈ ਗੁੱਸਾ ਆਪਦਾ ਕਿਸੇ ਤਰੀਕੇ ਨਾਲ ਤਾਂ ਬੰਦਾ ਗੁੱਸਾ ਕੱਢੂਗਾ ਹੀ ਨਾ। ਬਾਹਰ ਰੈਲੀ ਵੀ ਚੱਲ ਰਹੀ ਸੀ, ਬਾਈ ਹੋਰੀ ਭਰਾ ਵੀ ਨੇ ਇਕੱਠੇ, ਠੀਕ ਹੈ। ਬਾਕੀ ਸਭ ਤੋਂ ਵੱਡੀ ਗੱਲ ਤਾਂ ਪੰਜਾਬ ਬਚਾਉਣ ਦੀ ਹੈ, ਪੰਜਾਬ ਦੇ ਮੁੱਦਿਆਂ ਦੀ ਹੈ। ਬਾਈ ਭਾਨਾ ਸਿੱਧੂ ਪੰਜਾਬ ਵਾਸਤੇ ਲੜ ਰਿਹਾ ਸੀ, ਆਮ ਲੋਕਾਂ ਦੀ ਲੜਾਈ ਲੜ ਰਿਹਾ ਸੀ। ਗੁੱਸਾ ਤਾਂ ਹਰੇਕ ਨੂੰ ਹੀ ਆਊਗਾ, ਕੋਈ ਬੰਦਾ ਗੁੱਸਾ ਤੁਹਾਨੂੰ ਵੀ ਹੋਊਗਾ, ਚਲੋ ਤੁਸੀਂ ਨਹੀਂ ਕੱਢਦੇ, ਕੋਈ ਬੰਦਾ ਕੱਢਦਾ ਕੋਈ ਨਹੀਂ ਕੱਢਦਾ। ਬਾਕੀ ਚੱਕਰ ਇਹ ਹੈ ਵੀ ਜਿਹੜੇ ਬੰਦੇ ਨੇ 50-50 ਲੱਖ ਰੁਪਇਆ ਠੱਗਿਆ ਹੋਇਆ, ਉਹਦਾ ਵਾਪਸ ਕਰਨ ਨੂੰ ਜੀ ਨਹੀਂ ਕਰਦਾ, ਚਾਹੇ ਉਹ ਕੋਈ ਵੀ ਹੋਵੇ, ਚਾਹੇ ਉਹ ਠੱਗ ਏਜੰਟ ਹੋਵੇ, ਚਾਹੇ ਕੋਈ ਮਰਜ਼ੀ ਬੰਦਾ ਹੋਵੇ ਦੁਨੀਆ ਦੇ, ਕਿਸੇ ਦਾ ਨਹੀਂ ਜੀ ਕਰਦਾ। ਜਦੋਂ ਉਹਨੇ 50 ਲੱਖ ਦੀ ਠੱਗੀ ਮਾਰ ਲਈ 5 ਸਾਲ ਪਹਿਲਾਂ, ਉਹ ਦੁਬਾਰੇ ਕਿਸੇ ਦੇ ਪੈਸੇ ਮੋੜੇ, ਉਹ ਤਾਂ ਮੜਾਉਣ ਵਾਲੇ ਬੰਦੇ ਨੂੰ ਰੋਕਣ ਦੀ ਕੋਸ਼ਿਸ਼ ਕਰੂਗਾ, ਕੋਸ਼ਿਸ਼ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ, ਠੀਕ ਹੈ। ਬਾਈ ਦੇ ਪਿੱਛੇ ਬੰਦੇ ਵੀ ਲੱਗੇ ਰਹਿੰਦੇ ਸੀ, ਆਹ ਚਲੋ ਪਰਚੇ ਵਾਲੇ 'ਚ ਵੀ ਉਲਝਾ ਆ ਗਏ, ਅੱਗੇ ਵੀ ਪਤਾ ਨਹੀਂ ਹਲੇ ਕੀ ਕੁਛ ਹੋਊਗਾ, ਤਾਂ ਕੋਸ਼ਿਸ਼ ਕਰਨਗੇ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਰਿਕਾਰਡਿੰਗ ਵਾਲੀ, ਕਿ ਉਹ ਬੰਦਿਆਂ ਦੇ ਕਿਹਾ ਸੀ ਕਿ ਪੈਸੇ ਦੇ ਦਿਓ, ਘੱਟੋ ਘੱਟ 10,000 ਦੇ ਦਿਓ, ਉਹ ਚੀਜ਼ ਦੀ ਰਿਕਾਰਡਿੰਗ ਤੁਹਾਡੇ ਕੋਲ ਵੀ ਹੈਗੀ? ਅਸੀਂ ਜੀ ਬਿਲਕੁਲ, ਜਿੰਨੀਆਂ ਵੀ ਬਾਈ ਵੀ ਕਿਸੇ ਨਾਲ ਵੀ ਗੱਲ ਕਰਦਾ ਫੋਨ 'ਤੇ, ਉਹਦੀਆਂ ਵੀਡੀਓ ਬਣੀਆਂ ਹੁੰਦੀਆਂ ਨੇ। ਕਈ ਵੀਡੀਓ ਜਿਹੜੇ ਏਜੰਟ ਮੰਨੇ ਜਾਂਦੇ ਨੇ ਵੀ ਚਲੋ ਠੀਕ ਹੈ ਜੀ ਮੈਂ ਹਫ਼ਤੇ ਨੂੰ ਦੇ ਦੂੰਗਾ ਜਾਂ 10 ਦਿਨ ਨੂੰ, ਉਹ ਵੀਡੀਓ ਪੈਂਦੀਆਂ ਨਹੀਂ ਹੈਗੀਆਂ, ਪਰ ਉਹ ਡਾਟਾ ਜ਼ਰੂਰ ਸਾਡੇ ਕੋਲ ਪਿਆ ਹੋਊਗਾ, ਉਹਨੂੰ ਅਸੀਂ ਚੈੱਕ ਕਰਾਂਗੇ। ਹਲੇ ਅਸੀਂ ਸਾਰੀ ਪਿੰਨ ਡਰਾਈਵਾਂ ਜਿੰਨੀਆਂ 'ਚ ਵੀ ਉਹ ਡਾਟਾ ਅੱਜ ਤੱਕ ਬਣਿਆ ਸਾਰਾ ਚੈੱਕ ਕਰਨਾ ਪਊਗਾ ਸਾਨੂੰ, ਕਿਹੜੇ ਮੰਥ ਦੀ ਉਹ ਰਿਕਾਰਡਿੰਗ ਹੈ, ਕਿਹੜੀ ਹੈ, ਕੀ ਗੱਲਬਾਤ ਹੈ, ਉਸ ਤੋਂ ਬਾਅਦ ਉਹਨੂੰ ਬਾਹਰ ਲੈ ਕੇ ਆਵਾਂਗੇ। ਪਰ ਜ਼ਰੂਰ ਉਹਦੀ, ਉਹ ਏਜੰਟ ਦੀ ਗੱਲ ਨਾਲ 1-2 ਵੀਡੀਓ ਜ਼ਰੂਰ ਉਹ ਡੇਟ 'ਚ ਪਈਆਂ ਹੋਣਗੀਆਂ, ਉਹਨੂੰ ਅਸੀਂ ਚੈੱਕ ਕਰਨਾ ਹਲੇ, ਵੈਰੀਫਾਈ ਪੂਰਾ ਕਰਨਾ। ਠੀਕ ਹੈ, ਹਾਂਜੀ।